alaikum, khairi aayo tusi. Aithe assi tode samne ik halwa bada sa. Eh halwa assi suji te coconut kol bada sa. Te is halwe vich jehdi shaiyan ni sanu lod hai oh assi tode ko dass chhoda. Sare kulfe lo ta assi ik pyala suji gin sa. Te nale assa taqreeban adha pyali sukha dudh gida hai. Adha pyali hi assi is sukha khopra istemal kar sa. Hinji te ik pyala assi chini istemal kar sa. दो त्रे असी इस लौंग इस्तेमाल कर सकते ते दो त्रे असी इस विच सावियां लाचियां पासा ते थोड़ा जे असी इस हलवे विच सुच्चा घ्यो पासा नाले थोड़ा पानी भी इस्तेमाल कर सा ते असी जरा तेल इस विच इस्तेमाल कर सा अगर तुसी तेल नहीं इस्तेमाल करना चाहने हो ते सारा सुच्चा घ्यो भी पा सकने हो खो असी अदा अदा पासा लगा अदा असी सुच्चा घ्यो गिनसा ते अदा असी ਵਿਚੇ ਕੁਕਿੰਗ ਆਇਲ ਇਸਤੇਮਾਲ ਕਰਸਾਂ ਤੁਹਾਡੀ ਮਰਜ਼ੀ ਹੈ ਤੁਸੀਂ ਜਿੱਤੀ ਗਿੰਨੇ ਹੋ ਅਤੇ ਇਧਰ ਅਸਾਂ ਇੱਕ ਕੜਾਹੀ ਗਿਧੀ ਹੈ ਉਸ ਵਿੱਚ ਅਸੀਂ ਹੁਣੇ ਥੋੜ੍ਹਾ ਕੁਕਿੰਗ ਆਇਲ ਪਾਵੇ ਸਾਂ ਘਿਓ ਅਸੀਂ ਬਾਅਦ ਵਿੱਚ ਸ਼ਾਮਿਲ ਕਰਸਾਂ ਇਸ ਵਿੱਚ ਅਸੀਂ ਹੁਣੇ ਸਾਵੀਆਂ ਇਲਾਚੀਆਂ ਪਾਵੇ ਸਾਂ ਅਤੇ ਨਾਲੇ ਲੌਂਗਾਂ ਪਾਵੇ ਸਾਂ ਦੋ ਤਰੇ ਲੌਂਗ ਆਪਸ਼ਨਲ ਹੈ ਤੁਸੀਂ ਪਸੰਦ ਨਹੀਂ ਕਰਨੇ ਤਾਂ ਵੱਖਰੇ ਵਿੱਚ ਪਾ ਛੋੜੋ ਸਾਵੀਆਂ ਇਲਾਚੀਆਂ ਅਤੇ ਚੁੱਲ੍ਹੀ ਨਹੀਂ ਅੱਗ ਜਿਹੜੀ ਹੈ ਉਸਕੋ ਅਸੀਂ ਤੇਜ਼ ਕਰ ਛੋੜਾ ਹੁਣੇ ਅਸੀਂ ਇਸ ਵਿੱਚ ਜਿਹੜੀ ਸੂਜੀ ਅਸਾਂ ਗਿੱਧੀ ਆਈ ਹਲਵੇ ਵਾਸਤੇ ਉਹ ਵਿੱਚ ਪਾਵੇ ਸਾਂ ਇੱਕ ਪਿਆਲੀ ਅਤੇ ਹੁਣ ਅਸੀਂ ਇਸਕੋ ਹਿੰਜੀ ਅਤੇ ਚਮਚਾ ਵਿੱਚ ਮਾਰ ਸਾਂ ਜੇ ਸੂਜੀ ਜਿਹੜਾ ਤਾਂ ਜ਼ਰਾ ਨਾ ਰੰਗ ਰਤਾ ਥੀ ਹੋਈ ਹੈ ਯਾਨੀ ਪੱਕ ਹੋਈ ਹੈ ਹਿੰਜੀ ਅਤੇ ਤੁਸੀਂ ਖਾਸ ਹੋ ਤਾਂ ਤੁਹਾਡੇ ਠੇੜੇ ਦਰਦ ਥੀ ਸੀ ਜਦੀ ਤੱਕ ਅੜੀ ਸੂਜੀ ਰਤੀ ਥੀਨੀ ਹੈ ਤਾਂ ਇਧਰ ਅਸਾਂ ਇੱਕ ਦਿਸ਼ਕੀ ਵਿੱਚ ਤਕਰੀਬਨ 3-4 ਪਿਆਲੀ ਪਾਣੀ ਪਾਇਆ ਅੰਦਾਜ਼ੇ ਨਾਲ ਅਤੇ ਉਸ ਵਿੱਚ ਹੁਣੇ ਅਸੀਂ ਚੀਨੀ ਪਾਵੇ ਸਾਂ ਅਤੇ ਇਸਕੋ ਥੋੜ੍ਹਾ ਪਕਾਵੇ ਸਾਂ ਲੱਗ ਸ਼ਰਬਤ ਜਿਹਾ ਬਣਾਵੇ ਸਾਂ ਅਤੇ ਦੂਏ ਚੁੱਲ੍ਹੇ 'ਤੇ ਅਸੀਂ ਇਸਕੋ ਹੁਣੇ ਰੱਖਦੇ ਹਾਂ ਦੂਏ ਚੁੱਲ੍ਹੇ 'ਤੇ ਹੁਣੇ ਅਸੀਂ ਇਸਕੋ ਪਕਾਉਣੇ ਹੈ ਇਸ ਸ਼ਰਬਤ ਕੋ ਜੇ ਪੱਕ ਹੋਈ ਹੈ ਅਤੇ ਸਾਡੀ ਜਿਹੜੀ ਸੂਜੀ ਹੈ ਉਸ ਨਾਲ ਰੰਗ ਥੋੜ੍ਹਾ ਜਿਹਾ ਬਦਲ ਗਿਆ ਹੈ ਅਤੇ ਅੱਡਾ ਹੁਣ ਇਸਨੀ ਸੂਜੀ ਪਕੜੇ ਨੀ ਸੋਹਣੀ ਸੋਹਣੀ ਮੁਸ਼ੁਕ ਆਉਣੀ ਪਈ ਹੈ ਅਤੇ ਸਾਡੀ ਸੂਜੀ ਨਾ ਰੰਗ ਬਦਲ ਗਿਆ ਹੁਣੇ ਇਹ ਪੱਕ ਗਈ ਹੈ ਅਤੇ ਇਸ ਵਿੱਚ ਹੁਣ ਅਸੀਂ ਇਹ ਜਿਹੜਾ ਕੋਕੋਨਟ ਡੈਸੀਕੇਟਡ ਇਹ ਵਿੱਚ ਪਾਵੇ ਸਾਂ ਅਤੇ ਹੁਣ ਥੋੜ੍ਹੀ ਦੇਰ ਵਾਸਤੇ ਅਸੀਂ ਇਸ ਕੋਕੋਨਟ ਕੋ ਵੀ ਇਸ ਸੂਜੀ ਵਿੱਚ ਪਕਾਵੇ ਸਾਂ ਅਤੇ ਚੁੱਲ੍ਹੇ ਨੀ ਜਿਹੜੇ ਅੱਗੇ ਉਸਕੋ ਅਸੀਂ ਜ਼ਰਾ ਕੰਮ ਕਰਵੇ ਸਾਂ ਅਤੇ ਹੁਣੇ ਅਸੀਂ ਇਸ ਵਿੱਚ ਇਹ ਜਿਹੜਾ ਸੁੱਕਾ ਦੁੱਧ ਹੈ ਇਹ ਪਾਵੇ ਸਾਂ ਅਤੇ ਅਗਰ ਤੁਸੀਂ ਇਹ ਹਲਵਾ ਬਣਾਉਣੇ ਪਏ ਹੋ ਅਤੇ ਤੁਸੀਂ ਇਸ ਵਿੱਚ ਇੱਕ ਇੱਕ ਪਿਆਲਾ ਇਹ ਸਾਰੀਆਂ ਸ਼ਈਆਂ ਪਾਓ ਲਗਾ ਕੋਕੋਨਟ ਵੀ ਇੱਕ ਪਿਆਲਾ ਗਿਨੋ ਅਤੇ ਦੁੱਧ ਵੀ ਇੱਕ ਪਿਆਲਾ ਗਿਨੋ ਅਸੀਂ ਇੱਥੇ ਥੋੜ੍ਹਾ ਕੰਮ ਬਣਾਉਣੇ ਪਏ ਹਾਂ ਅਤੇ ਤਾਂ ਅਸੀਂ ਅੱਧਾ ਅੱਧਾ ਪਿਆਲਾ ਗਿਦਾ ਉਹ ਅਸਲ ਵਿੱਚ ਇਹ ਜਿਹੜੀ ਰੈਸਿਪੀ ਹੈ ਇਸ ਵਿੱਚ ਇਹ ਇੱਕ ਇੱਕ ਪਿਆਲਾ ਸਾਰੀਆਂ ਸ਼ਈਆਂ ਹੋਣੀਆਂ ਬਹੁਤ ਜ਼ਿਆਦਾ ਨਾਜ਼ੁਕ ਹੋਣਾ ਹੈ ਜਲਦੀ ਪੱਕਣਾ ਹੈ ਇਸ ਵਾਸਤੇ ਅਸੀਂ ਹੁਣ ਇਸ ਵਿੱਚ ਉਹ ਜਿਹੜਾ ਅਸਾਂ ਸ਼ਰਬਤ ਬਣਾ ਕੇ ਰੱਖਿਆ ਉਹ ਹੁਣ ਪਾਉਣੇ ਪਏ ਚੀਨੀ ਅਤੇ ਪਾਣੀ ਨਜ਼ਰ ਸ਼ਰਬਤ ਅਸਾਂ ਬਣਾ ਕੇ ਰੱਖਿਆ ਹੋਇਆ ਅੱਛੀ ਤਰ੍ਹਾਂ ਹੁਣ ਇਸਕੋ ਮਿਕਸ ਕਰੋ ਥੋੜ੍ਹਾ ਹੋਰ ਤੇਲ ਇਸ ਵਿੱਚ ਪਾਸਾਂ ਅਤੇ ਇਹ ਪਾਣੀ ਜਿਹੜਾ ਇਸਕੋ ਅਸੀਂ ਹੁਣ ਸੁਕਾ ਸਾਂ ਅਤੇ ਨਾਲੇ ਘਿਓ ਵੀ ਵੱਧ ਪਾਵੇ ਸਾਂ ਆਖਿਰ ਵਿੱਚ ਹਲਵੇ ਨਾਲ ਸਾਰਾ ਪਾਣੀ ਸੁੱਕ ਗਿਆ ਇਹ ਹੁਣ ਤਿਆਰ ਹੈ ਅਸਾਂ ਇਸ ਵਿੱਚ ਥੋੜ੍ਹਾ ਜਿਹਾ ਸੁੱਚਾ ਘਿਓ ਵੀ ਪਾ ਛੋੜਾ ਅਤੇ ਹੁਣ ਅਸੀਂ ਇਸਕੋ ਇੱਕ ਪਲੇਟ ਵਿੱਚ ਪਾ ਕੇ ਤੁਹਾਡੇ ਕੋਲ ਖਾ ਲੈਂਦੇ ਹਾਂ ਜਿਹਨੂੰ ਵੀ ਤੁਹਾਡਾ ਹਲਵਾ ਬਣਾ ਅਤੇ ਇਸ ਹਲਵੇ ਕੋ ਤੁਸੀਂ ਗਾਰਨਿਸ਼ ਕਰੋ ਮੇਵੇ ਨਾਲ ਅਤੇ ਪਿਸਤੇ ਬਦਾਮ ਨਾਲ ਕਾਜੂ ਨਾਲ ਜਿਹੜੀ ਸ਼ਈਆਂ ਤੁਹਾਡੇ ਕੋਲ ਪਸੰਦ ਹੋਣ ਇਸ ਵਿੱਚ ਅਸਾਂ ਬਹੁਤ ਸਾਰਾ ਖੋਪਰਾ ਪਾਇਆ ਹੋਇਆ ਅਤੇ ਇੱਧਰ ਮੌਨਸੂਨ ਦਾ ਮੌਸਮ ਚੱਲਣਾ ਪਿਆ ਹੈ ਬਾਹਰ ਅਸੀਂ ਥੋੜ੍ਹੇ ਕੋਲ ਥੋੜ੍ਹਾ ਖਿੜਕ ਕੋਲ ਵਿਖਾਲਣੇ ਪਏ ਹਾਂ ਜੀ ਕਿਤੇ ਜ਼ਿਆਦਾ ਇੱਧਰ ਬਾਰਿਸ਼ ਥੀ ਪਈ ਹੈ ਬਹੁਤ ਦਿਹਾੜਾ ਕੋਲ ਇੱਧਰ ਛੜ ਛਿੜੀ ਪਈ ਹੈ ਅਤੇ ਬਹੁਤ ਸੋਹਣਾ ਮੌਸਮ ਹੈ ਅਤੇ ਇਸ ਮੌਸਮ ਵਿੱਚ ਇਸ ਕਿਸਮ ਦਾ ਹਲਵਾ ਖਾ ਕੇ ਬਹੁਤ ਮਜ਼ਾ ਆਉਣਾ ਹੈ ਅਤੇ ਤਾਂ ਹੀ ਅਸਾਂ ਇਹ ਹਲਵਾ ਬਣਾਇਆ ਅਸਾਂ ਵੀਡੀਓ ਅਪਲੋਡ ਕਰ ਛੁੜੀ ਹੈ ਅਤੇ ਸੀਨੇ ਮੌਸਮ ਵਿੱਚ ਇੱਕ ਖੋਪਰੇ ਨਾਲ ਹਲਵਾ ਬਹੁਤ ਸਿਹਤ ਵਾਸਤੇ ਹੱਜਾ ਹੋਣਾ ਹੈ ਜੀ ਵੀ ਬੰਦਾ ਬਹੁਤ ਜ਼ਿਆਦਾ ਡਰਾਈ ਫਰੂਟ ਨਾ ਇਸਤੇਮਾਲ ਕਰਨਾ ਹੈ ਅਤੇ ਅਗਰ ਤੁਸੀਂ ਹਲਵੇ ਵਿੱਚ ਖਾਓ ਤਾਂ ਇਸ ਨਾਲ ਮਜ਼ਾ ਡਬਲ ਥੀ ਵੀ ਸੀ
ਤੇ ਅਸੀਂ ਉਮੀਦ ਕਰਨੇ ਆ ਕਿ ਤੁਹਾਡੇ ਕੋਲ ਆਲਾ ਖੋਪਰੇ ਨਾਲ ਇਹ ਹਲਵਾ ਯਕੀਨਨ ਬਹੁਤ ਪਸੰਦ ਆਇਆ ਹੋ ਸੀ। ਅਗਰ ਤੁਹਾਡੇ ਕੋਲ ਸਾਡੀ ਇਹ ਰੈਸਿਪੀ ਪਸੰਦ ਆਈ ਹੈ ਤੇ ਹਿੰਕੋ ਵਾਲੀ ਵੀਡੀਓ ਵੀ ਤਾਂ ਇਸ ਕੋ ਤੁਸੀਂ ਇੱਕ ਲਾਈਕ ਦਿਓ ਤੇ ਸਾਡੇ ਚੈਨਲ ਕੋ ਸਬਸਕ੍ਰਾਈਬ ਕਰੋ ਤੇ ਆਪਣੇ ਭੈਣ ਭਰਾਵਾਂ ਤੇ ਦੋਸਤਾਂ ਕੋ ਵੀ ਆਖੋ ਜੇ ਸਾਡੇ ਚੈਨਲ ਕੋ ਸਬਸਕ੍ਰਾਈਬ ਕਰੋ ਤੇ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਖੁਸ਼ ਰਹੋ ਤੇ ਖੁਦਾ ਨੇ ਅਮਾਨ।